आई है बड़ी कम वाली, इहनू आया भी इहदी धी तो भांडे मैं लवाऊंगी, मैं आपे मांजूगी। नहीं मैं मर जा, नहीं तू तो सिलेंडर फूक देगी, देख लै तीवियां दा प्रतिमिया, तू तो सरीके नहीं जड़ जा, बग जा होर नक दे इत्थे, मेरे गल च हथ पाउणा पाए तेरे गल च पाउणा। सच्ची गल कर बेबे, देखी आ सूट किन्ना सोहना है। हां देखी बाला ही सोहना है, ता लो मम्मी चा करदा ऑर्डर है ना, मैं करदे कुछ नहीं हुंदा, मंगा लांगे आपां। हां सही गल है, आ लै फिर कुछ नहीं हुंदा मंगा लांगे पूरे। मम्मी 2500 दा है, 2500 दा दो सूट, फिर 5000 दे हो गए। नहीं नहीं केरा तो इक्को लाऊंगी, हले बाद च देखदी आ दूजा तां। अच्छा हाय देख ला, आ देख ला किन्ना सोहना है, सारी घंट ने सूट ता, है ना ਕਰਦਾ ਬੀਬੀ ਆਰਡਰ ਫਿਰ, ਹੈ ਨਾ ਕੁਛ ਨਹੀਂ ਹੁੰਦਾ, ਕਰਦੇ ਸੂਟ ਤਾਂ ਬਾਲੇ ਘੈਂਟ ਨੇ। ਹੋਰ ਲੈ ਲੈਣੇ ਤਾਂ ਕਾਲਜ ਪਾ ਕੇ ਵਗ ਜਾ ਕਰੂੰਗੀ। ਚੱਲ ਕੁੜੀਆਂ ਕਤਰੀਆਂ ਪੁੱਤ ਸੂਟ ਪਾਉਂਦੀਆਂ ਹੁੰਦੀਆਂ ਨੇ, ਜੇ ਹੁਣ ਨਹੀਂ ਪਾਉਂਗੇ ਤਾਂ ਫਿਰ ਕਦੋਂ ਪਾਉਂਗੀਆਂ। ਇਹ ਤਾਂ ਗੱਲ ਹੈ ਬੀਬੀ ਤੇਰੀ। ਚਾਹ ਪੀ ਲੈ, ਠੰਡੀ ਹੋ ਜਾਂਦੀ ਆ। ਖੜ ਜਾ ਖੜ ਜਾ ਖੜ ਜਾ, ਹਏ ਕਿੰਨੇ ਸੋਹਣੇ ਸੋਹਣੇ ਬੇਬੇ, ਮੈਂ ਤਾਂ ਉਹ ਕੈਂਸਲ ਕਰਦੀ ਹਾਂ, ਮੈਂ ਤਾਂ ਹੋਰ ਦੇਖਦੀ ਹਾਂ। ਲੈ ਤੇਰੇ ਕੋਈ ਫਿੱਟ ਵੀ ਆਉਂਦਾ ਕੱਪੜਾ, ਤੇਰੇ ਪਹਿਲਾਂ ਦਿਨੋਂ ਹੀ ਆਦਤ ਹੈ, ਛੋਟੀ ਹੁੰਦੀ ਤੋਂ ਚੀਜ਼ ਨਾ ਕੋਈ ਪਸੰਦ ਆਉਂਦੀ ਆ ਤੇਰਾ। ਸਹੀ ਸਹੀ ਮੈਂ ਕੀ ਕਰਾਂ, ਆਹ ਦੇਖ ਲੈ ਇੱਕ ਦੇਖਦੀ ਹਾਂ, ਉਦੋਂ ਬਾਅਦ ਕੋਈ ਹੋਰ ਸੋਹਣੇ ਸੋਹਣੇ ਨਿਕਲ ਆਉਂਦੇ ਆ। ਫਿਰ ਤੂੰ ਪਹਿਲੇ ਸਾਰੇ ਦੇਖ ਲੈਂਦੀ, ਜਿਹੜੇ ਤੈਨੂੰ ਵਧੀਆ ਲੱਗਦਾ ਉਹੀ ਸੈਂਡ ਕਰ ਦਾਂਦੀ। ਬੇਬੇ ਮੈਂ ਕੀ ਕਰਾਂ, ਮੈਨੂੰ ਤਾਂ ਸਾਰੇ ਸੋਹਣੇ ਲੱਗੀ ਜਾਂਦੇ ਆ ਹੁਣ। ਲੈ ਇਹ ਚੱਲ, ਆਹ ਤਾਂ ਹੁਣ ਮੈਂ ਹਲੇ ਕਿੰਨੇ ਭਾਂਡੇ ਮਾਂਜਣ ਵਾਲੇ ਪਏ ਨੇ, ਕੱਪੜੇ ਦਾ ਵੀ ਗਰਾ ਲੱਗਿਆ ਪਿਆ, ਕੀ ਕਰਾਂ ਕੰਮ ਹੀ ਨਹੀਂ ਮੁੱਕਰ। ਕੀ ਹੋ ਗਿਆ ਮੰਮੀ, ਚਾਕੂ ਲੱਗਿਆ ਜ਼ੋਰ ਕੇ। ਤਾਂ ਤਾਂ ਐਂ ਕਰਤਾ ਜਿਵੇਂ ਕੋਈ ਤਲਵਾਰ ਵੱਜੀ ਹੁੰਦੀ ਆ, ਇਹੋ ਜਿਹਾ ਚਾਕੂ ਸਾਡੇ 20 ਵੱਜਦੇ ਨੇ। ਮੰਮੀ ਜੀ ਬਹੁਤ ਜ਼ੋਰ ਕੇ ਲੱਗਿਆ ਚਾਕੂ, ਖੂਨ ਨਿਕਲਿਆ, ਮੈਂ ਪੱਟੀ ਬੰਨਿਆ ਵਾ, ਫਿਰ ਕੱਟ ਦੀ ਅੱਗੇ ਸਬਜ਼ੀ ਕਿਵੇਂ ਢੰਗ ਕਰਨ ਲੱਗੀ ਆ। ਚੱਲ ਕੋਈ ਨਾ ਮੰਮੀ ਜੀ, ਬਸ ਮੈਂ ਪੱਟੀ ਬੰਨਿਆ, ਆ ਕੇ ਸਬਜ਼ੀ ਚੀਰਦੀ ਆ। ਚੀਰਦੀ ਵਾਲਾ ਦੇਖ ਲੈ ਐਂ ਕਰਦੀ ਆ, ਹਨਾ ਲੈ ਇਹੋ ਜਿਹਾ ਚਾਕੂ ਮੇਰੇ 20 ਵਾਰੀ ਵੱਜੇ ਤੇ, ਨਾਲ ਜੱਟਾਂ ਜਿਵੇਂ ਰਹਿੰਦੇ ਤਾਂ ਵੱਜਦੇ ਹੀ ਰਹਿੰਦੇ ਨੇ, ਕਦੇ ਦਾਤੀ ਵੱਜੀ, ਕਦੇ ਕੁਰਪਾ ਵੱਜਿਆ, ਕਦੇ ਕੋਈ ਚਾਕੂ ਵੱਜਿਆ, ਕੋਈ ਬੱਠਲ ਵੱਜਿਆ, ਦੇਖ ਲੈ। ਓ ਬੇਬੇ ਮੈਨੂੰ ਕੀ ਸੁਣਾਉਣੀ ਆ, ਆਪਦੀ ਨੂੰ ਨਾ ਫੈਸਲਾ ਕਰ। ਨਹੀਂ ਕਮਾਂਡ ਕੀ ਆਖੂਗਾ ਵੀ ਇਹਦੀ ਬਹੂ ਰਾਲਾ ਪਾਈ ਜਾਂਦੀ ਹੈ, ਕੀ ਗੱਲ ਹੋ ਗਈ, ਸ਼ਰਮ ਆਉਂਦੀ ਹੈਗੀ ਇਹਨੂੰ, ਤਾਂ ਨਹੀਂ ਸ਼ਰਮ ਸ਼ਰਮ ਹੈਗੀ ਆ। ਆ ਦੇਖ ਲੈ ਭਾਂਡਿਆਂ ਦਾ ਢੇਰ ਲੱਗਿਆ ਪਿਆ ਜਿਵੇਂ ਗੁਰਦੁਆਰੇ ਦਾ ਲੰਗਰ ਹਾਲ ਹੋਵੇ, ਨਾਲੇ ਦੇਖ ਲਓ 2 ਸਾਲ ਹੋ ਗਏ ਇਹਨੂੰ ਵਿਆਹੀ ਨੂੰ, ਨਾ ਕੋਈ ਜਵਾਕ ਨਾ ਚੱਲਾ, ਦਵਾਈਆਂ ਨਾਲ ਘਰ ਭਰਤਾ। ਮੰਮੀ ਜੀ ਭਾਂਡੇ ਤਾਂ ਮੈਂ ਤਾਂ ਨਹੀਂ ਮਾਂਜੇ ਹਾਲੇ ਤੱਕ, ਮੈਂ ਕਿਹਾ ਪਹਿਲਾਂ ਰੋਟੀ ਬਣਾ ਦਿਓ, ਉਹ ਸਵੇਰ ਦੇ ਖੇਤ ਗਏ ਹੋਣਗੇ, ਭੁੱਖੇ ਹੋਣਗੇ। ਨਹੀਂ ਮੈਂ ਕਿਹੜਾ ਖੇਤ ਰੋਟੀਆਂ ਸੀ ਭੇਜੀਆਂ, ਇੰਨੇ ਨੇ ਦਿਹਾੜੀਏ ਹੁੰਦੇ ਜਦੋਂ ਨਰਮੇ ਗੁੜਦੇ ਹੁੰਦੇ, ਤੇ ਤੂੰ ਕਿਹੜਾ ਜ਼ਿਆਦਾ ਆਈਆਂ ਗੀ, ਸਾਰਾ ਗੋਹਾ ਸਿੱਟ ਕੇ, ਧਾਰਾਂ ਕੱਢ ਕੇ, ਦੁੱਧ ਰਿੜਕ ਕੇ, ਟੋਕਰਾ ਮੇਰੇ ਸਿਰ ਤੇ ਹੁੰਦਾ ਸੀਗਾ ਰੋਟੀਆਂ ਦਾ, ਆਈ ਆ ਵੱਡੀ ਕੰਮ ਵਾਲੀ। ਮੰਮੀ ਜੀ ਸਾਰੇ ਕੰਮ ਮੈਂ ਆਪ ਹੀ ਕਰਨੇ, ਮੈਂ ਕਿਹੜਾ ਤੁਹਾਨੂੰ ਕਰਨ ਨੂੰ ਕਿਹਾ, ਆਪ ਹੀ ਕਰ ਲੂੰ ਹੌਲੀ ਹੌਲੀ। ਆਹੋ ਤੈਨੂੰ ਤਾਂ ਮੇਰਾ ਸਰੀਕਾ ਹੈ ਵੀ ਮੇਰੀ ਕੁੜੀ ਤੋਂ ਭਾਂਡੇ ਮਜਵਾਵਾਂ। ਮੰਮੀ ਜੀ ਮੈਂ ਥੋੜ੍ਹੀ ਨਾ ਕਿਹਾ ਤੁਹਾਨੂੰ। ਭਾਬੀ ਜੀ ਮੇਰੀ ਗੱਲ ਸੁਣੋ, ਕਿਉਂ ਤੁਸੀਂ ਮੈਨੂੰ ਡਿਸਟਰਬ ਕੀਤਾ, ਵੱਡੇ ਨਾਲ ਐਂ ਗੱਲ ਕਰੀ ਦਿੰਦੀ ਆ, ਮਾੜੀ ਮੋਟੀ ਅਕਲ ਤਾਂ ਰੱਖ ਲਓ ਤੁਸੀਂ। ਇਹਨੂੰ ਆਇਆ ਵੀ ਇਹਦੀ ਧੀ ਤੋਂ ਭਾਂਡੇ ਮਜਵਾਉਂਗੀ, ਮੈਂ ਆਪੇ ਮਾਂਜੂਗੀ। ਦੀਦੀ ਮੈਂ ਕੀ ਗਲਤ ਕਿਹਾ ਤੁਹਾਨੂੰ? ਹਾਂ ਹਾਂ ਗਲਤ ਗੁਲਤ ਦਾ ਤਾਂ ਮੈਨੂੰ ਪਤਾ ਨਹੀਂ, ਮੇਰੀ ਗੱਲ ਸੁਣ, ਆਹ ਧੁੱਪ ਨਿਕਲੀ ਹੋਈ ਹੈ, ਨਾਲੇ ਤੇ ਮੇਰਾ ਸੂਟ ਧੋ ਕੇ ਸੁੱਕਣਾ ਪਾ ਦੇ, ਨਾਲੇ ਵੀਰੇ ਦੇ ਕੱਪੜੇ ਧੋ ਦੇ, ਉਹਨੇ ਵੀ ਆ ਕੇ ਪਾਉਣੇ ਹੋਣਗੇ। ਦੀਦੀ ਮੈਂ ਕਹਿ ਰਹੀ ਸੀ ਕੱਪੜੇ ਤਾਂ ਮੈਂ ਮਸ਼ੀਨ 'ਚ ਧੋ ਦੂੰਗੀ, ਤੁਸੀਂ ਨਾ ਭਾਂਡੇ ਮਾਂਜ ਦੋਗੇ, ਸਾਬਣ ਨਾ ਮੇਰੇ ਹੱਥ 'ਤੇ ਲੱਗੂਗੀ। ਲੈ ਦੇਖ ਲੈ ਮਾੜੀ ਮੋਟੀ ਸੰਗ ਮੰਨ, ਤੈਨੂੰ ਆ ਮੈਂ ਕੁੜੀ ਤੋਂ ਭਾਂਡੇ ਮਜਵਾਵਾਂ, ਮੈਂ ਤਾਂ ਮੇਰੀ ਧੀ ਨੂੰ ਭਾਂਡੇ ਹੋਈ ਨਹੀਂ ਮਾਂਜਣ ਦਿੰਦੀ, ਨਾਲੇ ਇਹਦੀ ਪੜ੍ਹਾਈ ਖਰਾਬ ਕਰਨੀ ਆ। ਨਾਲੇ ਮੇਰੀ ਗੱਲ ਸੁਣ ਭਾਬੀ, ਮੈਨੂੰ ਤਾਂ ਨਾ ਇੱਥੇ ਗਰਮੀ ਲੱਗਦੀ ਆ, ਮੈਂ ਤਾਂ ਅੰਦਰ ਏਸੀ ਛੱਡ ਕੇ ਪੜ੍ਹਦੀ ਹੈਗੀ 10 ਮਿੰਟ, ਅਤੇ ਮੈਨੂੰ ਨਾ ਭੁੱਖ ਬਹੁਤ ਲੱਗੀ ਹੋਈ ਆ, ਰੋਟੀ ਸਭ ਤੋਂ ਪਹਿਲਾਂ ਮੇਰੇ ਕੋਲ ਆਉਣੀ ਚਾਹੀਦੀ ਆ। ਠੀਕ ਹੈ ਦੀਦੀ। ਨੀ ਕੀ ਕਰਨ ਲੱਗ ਗਈ ਤੂੰ? ਮੈਨੂੰ ਬਸ ਭਾਂਡੇ ਮਾਂਜਦੇ ਥੋੜੇ ਰਹਿ ਗਏ। ਕਦੇ ਪੈਰ ਜੇ ਮਾਰਦੀ ਉਧਰ ਲੰਘੀ, ਕਦੇ ਉਧਰ ਲੰਘੀ। ਮੇਰੀ ਗੱਲ ਸੁਣ ਲਾ, ਮੁੰਡਾ ਤੜਕੇ ਦਾ 6 ਵਜੇ ਦਾ ਨਿਕਲਿਆ ਘਰੋਂ, ਉਹ ਰੋਟੀ ਕਿੰਨੂ ਦੇ ਕੋਕਣਾ ਹੋ ਜਾਣਗੀ ਆ। ਮੰਮੀ ਸਬਜ਼ੀ ਤਰੀ ਹੋਈ ਆ, ਬਸ ਬਣਨਾ ਲਈ ਆ। ਨਹੀਂ ਮੈਂ ਮਰ ਜਾ, ਨਹੀਂ ਤੂੰ ਤਾਂ ਸਿਲੰਡਰ ਫੂਕ ਦੇਗੀ, ਪਤਾ ਕਿੰਨੇ ਕਿੰਨੇ ਦਾ ਹੋਇਆ ਪਿਆ ਹੈਗਾ, 1100 ਦਾ ਸਿਲੰਡਰ ਹੋ ਗਿਆ, ਭਰਾਉਣੇ ਕਿਤੇ ਸੌਖੇ ਨਹੀਂ। ਮੰਮੀ ਜੀ ਅਜੇ ਮੈਂ ਲੇਟ ਹੋ ਗਈ ਸੀ ਤਾਂ ਧਰਤੀ ਗੈਸ ਤੇ। ਚੰਗੀ ਭਲੀ ਚੁੱਲ੍ਹੇ 'ਚ ਜਦੋਂ ਅੱਗ ਹੀ ਬਾਲ ਲਈ ਸੀ, ਤੂੰ ਉੱਥੇ ਧਰ ਲਾਂ ਦੀ ਦਾਲ। ਮੰਮੀ ਮੈਨੂੰ ਸੀ ਮੈਂ ਭਾਂਡੇ ਮਾਂਜੇ ਮਾਂਜੇ ਸਬਜ਼ੀ ਬਣਾ ਲੂੰਗੀ, ਉੱਥੇ ਬਾਰੀ ਬਾਰੀ ਕੌਣ ਆ ਜਾਊਗਾ। ਘਰ ਦੇ ਖਰਚੇ ਬਹੁਤ ਹੋਏ ਪਏ ਨੇ, 2 ਸਾਲ ਹੋ ਗਏ, ਤੇਰੇ ਤਾਂ ਦਵਾਈਆਂ ਦੇ ਵੀ ਪੂਰੇ ਪੈਂਦੇ,
आस एक थप्पड़ के दे देंगे तेनू बारी बारी। तेनू की समझा मां, माड़ी मोटी अपने दिमाग तो कम ले लिया कर, आइए खर्चे का कर। कितने तरी पैसी करमा च, दो साल हो गए तो यही रंडी रोना का। क्यों रोना पाया? रोना पाइए ना। सौखी गल नी हुंदी, समझदा जी समझदा। लै देख लै, ओदियां मेरा ने मार लिया, ओदा तैनू ज्यादा दुख आउंदा। मैं किसी दी धी नहीं सी जिहड़ी मैं 20-20 बंदिआं दीआं रोटियां लैके खेत जांदी सी। सिर ते मन पक्के दा टोकरा हुंदा सी मेरे, लस्सी दी बाल्टी हत्थ दे विच हुंदी थी मेरे। जे ओलंपिक के खेडां विच मुकाबला हुंदा ना, मैं तां तैनू उत्थे लै जांदा। मैनूं तां पता ही नहीं सी तेरे चाह कौण हैगे। बापू जी वी टड़ी नहीं हैगे घरे, मेरे ना चाकू वज्जिया सी, ओते लगाणी आ, खून वी बहुत निकले जा रिहा। किहड़ी उंगल ते वज गया पत्ता? बापू जी इत्थे लग्गिया। इह तां बहुत ज्यादा वज्जी पई आ, चल मैं वी टड़ी नूं लै के आउणा। इहनूं आए कर, दाखल कर दे लिजा के, फिर ठीक होगी। कित्थे सिर चढ़ाई आ, साढ़े तो हजे 20 सट्टां बजदियां थीं, बाली मेरा आ गया। ਉਹ ਕਿਤੇ ਭਲਾ ਵੀ ਬੋਲ ਪਿਆ ਕਰ, ਆ ਦੇਖ ਦਰਦ ਕਿਵੇਂ ਹੋਈ ਜਾਂਦਾ ਕੁੜੀ ਦੇ। ਨਾ ਮੇਰੇ ਕਦੇ ਕੁਛ ਵੱਜੇ ਨਹੀਂ ਤੀ। ਇਹ ਕਿਹੜਾ ਕਿਸੇ ਦੀ ਆਪਦੀ ਆ, ਹੁਣ ਮਾਰਨੀ ਤਾਂ ਨਹੀਂ ਇਹ? ਸਾਰੇ ਢੰਗ ਕਰਦੀ ਹੈ ਢੰਗ, ਮੈਨੂੰ ਸਾਰਾ ਪਤਾ ਹੈਗਾ ਇਹਦਾ। ਉਹ ਢੰਗ ਇਹ ਕਾਹਨੂੰ ਕਰਦੀ ਹੈ? ਢੰਗ ਤਾਂ ਤੂੰ ਕਰਦੀ ਹੈ। ਹਾਂ ਹਾਂ, ਤੂੰ ਤਾਂ ਜਦੇ ਕਦੇ ਇਸੇ ਦੀ ਮਿਹਰ ਕਰਾਵੇਂਗਾ। ਇਹ ਸਾਰਾ ਕੰਮ ਕਰਦੀ ਹੈ ਨਾ? ਮੈਂ ਕਿ ਬੇਲੀ ਵੇਂਦੀ ਤੀ, ਮੈਂ ਨਹੀਂ ਕਦੇ ਕੰਮ ਕਰਿਆ। ਮੈਂ ਦੱਸਾਂਗਾ ਤੂੰ ਤਾਂ ਖੁੰਡੇ ਖਾਏਂਗੀ। ਤੂੰ ਮੈਂ ਤਾਂ ਹੋਰ ਨਾ ਜੁੱਤੀਆਂ ਖਾ ਲਈ, ਜਾ ਲਿਆ ਦੇ ਅੱਗ ਲਾ ਦੇ ਜਿਹੜੀ ਬੀਟਾ ਬੁੱਟਾ ਡੋਨੇ ਨੂੰ ਲਿਆ ਕੇ ਦੇਣੀ ਹੈਗੀ। ਉਹ ਚਾਰ ਉੱਟ ਗਏ ਆ, ਤੂੰ ਲਾ ਦੇ। ਹਾਂ ਹਾਂ, ਮੈਂ ਤਾਂ ਪੁੱਤ ਸੁੱਖ ਨੂੰ ਵਿਆਹਿਆ, ਮੈਂ ਇਹਦੇ ਮੂਹਰੇ ਕੰਮ ਕਰਾਂ। ਉਹ ਮੇਰੀ ਮਾਂ ਨੇ ਵੀ ਮੈਨੂੰ ਸੁੱਖ ਵਾਸਤੇ ਵਿਆਹਿਆ ਸੀਗਾ। 80-80 ਸਾਲ ਦੀ ਤੂੰ ਕੰਮ ਕਰਾਉਂਦੀ ਰਹੀ ਹਾਂ, ਤੂੰ ਭਾਂਡੇ ਵਜਾਉਂਦੀ ਰਹੀ ਹਾਂ। ਦੇਖ ਲੈ ਤੀਵੀਆਂ ਦਾ ਪ੍ਰਤੀਵੀਆਂ, ਤੂੰ ਤਾਂ ਸਰੀਕਿਆਂ ਦੀ ਜੜ ਜਾ, ਪੱਕ ਜਾ, ਹੋਰ ਨਾ ਕਿਤੇ ਇੱਥੇ ਮੇਰੇ ਗਲ 'ਚ ਹੱਥ ਪਾਉਣਾ ਪਏ ਤੇਰੇ। ਗਲ 'ਚ ਪਾਉਣਾ ਸੱਚੀ ਗੱਲ ਕਹਦੇ, ਤੈਨੂੰ ਦੁੱਖ ਲੱਗਦਾ ਹੈਗਾ, ਇਹ ਵੀ ਜਵਾਕੜੀ ਹੈ ਕਿਸੇ ਦੀ। ਤੂੰ ਤਾਂ ਤੀਵੀਆਂ ਦਾ ਪ੍ਰਤੀਵੀਆਂ, ਨੂੰਹ ਨੇ ਮੇਰੇ ਨੇ ਮਾਰ ਲਿਆ। ਭਗਵਾਨ ਨੇ ਤੂੰ ਵੀ ਪਿਆਰ ਨਾਲ ਰਿਹਾ ਕਰ, ਇਹ ਵੀ ਮੋਦੀ ਮੈਨੂੰ ਸਾਧਨ ਭਾਸ਼ਣਾ ਦਿਆ ਕਰ। ਆਹੋ ਮੈਂ ਤਾਂ ਬੁਰੀ ਲੱਗਦੀ ਹਾਂ, ਉਹਨੂੰ ਏਸੀ ਲਵਾ ਦੇ। ਚਲ ਮੈਂ ਬੀਟਾ ਦਿਨ ਲੈ ਕੇ ਆਉਣਾ। ਲੈ ਦੇਖ ਲੈ, ਇਹਦਾ ਤਾਂ ਨਾ ਕੰਡਾ ਵੱਜਿਆ ਨਹੀਂ ਸੁਹਾਰਦਾ, ਮੇਰੇ ਵਰਗੀ ਤਾਂ ਭਾਵੇਂ ਦਾਤੀ ਵੱਜਦੀ, ਭਾਵੇਂ ਖੁਰਪਾ ਵੱਜਦਾ, ਨਾਲ ਕਹਿਣ ਦਾ ਕਣਕ ਬਰਾਬਰ ਵੱਢ ਵੇ ਕੇ। ਦੇਖ ਲੈ ਇਹਦੇ ਚਾਕੂ ਵੱਜਿਆ, ਕਿਵੇਂ ਸੱਪ ਮੂੰਗ ਮੇਲਦਾ ਫਿਰਦਾ, ਵੀ ਮੇਰੀ ਨੂੰਹ ਦੇ ਮਾੜਾ ਮੋਟਾ ਦਰਦ ਵੀ ਨਾ ਹੋ ਜਾਏ। ਲੈ ਕੋਈ ਨਹੀਂ ਦਿੰਦਾ, ਤੜਕਦਾ ਗਿਆ ਖੇਤ ਭੁੱਖਾ ਤੇ ਹਾਇਆ, ਹਾਰ ਕੇ ਆਪ ਨੂੰ ਆਉਣਾ ਪਿਆ ਮੈਨੂੰ। ਹੈਂ ਬੂ, ਕਿਵੇਂ ਬੁੜਬੁੜ ਜੀ ਕਰਦਾ ਹੁੰਦਾ, ਕੀ ਗੱਲ ਹੋ ਗਈ? ਦੇਖ ਕੋਈ ਸਣਸਣੀ ਫਿਕਰ ਨਹੀਂ ਮਾਂ, 10 ਵੱਜ ਗਏ, ਕੋਈ ਮਾੜਾ ਮੋਟਾ ਫਿਕਰ ਕਰ ਲਿਆ ਕਰੋ ਰੋਟੀ ਦਾ। 10 ਦਿਹਾੜੀਏ ਫਿਰਦੇ ਨੇ ਭੁੱਖੇ ਥੇ, ਐਂ ਨਹੀਂ ਖੇਤੀਆਂ ਹੁੰਦੀਆਂ, ਜਲੂਸ ਕੱਢਤਾ, ਹਾਰ ਕੇ ਆਪ ਨੂੰ ਆਉਣਾ ਪਿਆ ਘਰੇ ਮੈਨੂੰ। ਬੇ ਭਾਈ ਮੈਂ ਵੀ ਕੀ ਕਰਾਂ, ਮੈਂ ਤਾਂ ਜਿੰਨਾ ਕੁ ਹੁੰਦਾ ਮੈਥੋਂ ਬਣ ਕਰਦੀ ਹਾਂ ਕੰਮ, ਨਾਲ ਹੱਥ ਪਟਾ ਦਿੰਦੀ ਹਾਂ, ਸਾਰਾ ਝਾੜੂ ਪੋਚਾ ਤਾਂ ਵੀਰਪਾਲ ਨੇ ਕਰਿਆ ਗਾ। ਦੱਸ ਹੁਣ ਮਾੜਾ ਮੋਟਾ ਵਿਚਾਰੀ ਪੜ੍ਹਨ ਬੈਠੀ ਹੈ, ਉਹ ਕੀ ਕਰਦੀ ਹੈਗੀ, ਉਹਦੇ ਨਾਲ ਕਰ ਗੱਲ ਭਾਈ। ਮਾੜਾ ਜਿਹਾ ਚਾਕੂ ਤਾਂ ਕੀ ਵੱਜਿਆ, 2 ਘੰਟੇ ਹੋ ਗਏ ਬੈਠਦੇ ਚੜੀ ਬੈਠੀ। ਕਿੱਥੇ ਪ੍ਰੀਤਾ? ਪ੍ਰੀਤਾ ਹਾਂਜੀ, ਮਾੜਾ ਮੋਟਾ ਫਿਕਰ ਕਰ ਲਿਆ ਕਰੋ, ਖੇਤ ਰੋਟੀ ਪਹੁੰਚਦੀ ਕਰਨੀ ਹੁੰਦੀ ਹੈਗੀ, ਦਿਹਾੜੀਆਂ ਨੇ ਜੀ। ਮੈਂ ਕੀ ਕਰਾਂ, ਸਾਰਾ ਕੰਮ ਤਾਂ ਕਰੀਆ ਮੈਨੇ, ਸਵੇਰ ਤੇ ਸਾਰਾ ਝਾੜੂ ਪੋਚਾ ਕਰਿਆ, ਸਬਜ਼ੀ ਕੱਟੀ, ਬਾਲਣ ਲੈ ਕੇ ਆਈ, ਫਿਰ ਪਸ਼ੂ ਬੰਨ ਕੇ ਆਈ ਆ, ਬਸ ਹੁਣ ਹੱਥ ਤੇ ਸੱਟ ਵੱਜ ਗਈ, ਉਹਦੇ ਕਰਕੇ ਨਹੀਂ ਕੁਛ ਹੋ ਰਿਹਾ ਸੀ ਮੇਰੇ ਤੋਂ। ਲੈ ਦੇਖ ਲੈ ਕਿੱਡਾ ਝੂਠ ਬੋਲਦੀ ਆ, ਸਾਰਾ ਕੰਮ ਤਾਂ ਅਸੀਂ ਨਾਲ ਲਾ ਕੇ ਕਰਵਾਇਆ ਗਾ। ਮੰਮੀ ਝੂਠ ਮੈਂ ਨਹੀਂ, ਤੁਸੀਂ ਬੋਲ ਰਹੇ ਹੋ, ਸਾਰਾ ਕੰਮ ਤਾਂ ਮੈਨੇ ਕਰਿਆ, ਤੁਸੀਂ ਦੀ ਤਾਂ ਫੋਨ ਤੇ ਲੱਗੀਆਂ ਬੈਠੀਆਂ ਸੀ ਸਾਈਡ ਤੇ। ਲੈ ਦੇਖ ਲੈ ਅੱਜ ਤਾਂ ਇੰਨਾ ਕੁ ਝੂਠ ਬੋਲਦੀ ਆ, ਕੱਲ ਨੂੰ ਤਾਂ ਗੱਲ ਜ਼ਿਆਦਾ ਬਣਾ ਕੇ ਝੂਠ ਬੋਲੇਗੀ ਤੂੰ। ਕਿਉਂ ਮਹਾਭਾਰਤ ਸ਼ੁਰੂ ਕੀਤੇ ਦੁਬਾਰੇ ਮਾਂ, ਤੂੰ ਤਾਂ ਸਿਆਣੀ ਪੈਣੀ ਹੈਗੀ, ਤੂੰ ਤਾਂ ਰੋਟੀ ਭੇਜਦੀ ਖੇਤ, ਚਲ ਇਹਦੇ ਹੱਥ ਸੱਟ ਵੱਜੀ ਆ, ਇਹ ਤਾਂ ਨਹੀਂ ਕੰਮ ਹੁੰਦਾ ਕੁਛ। ਆਹੋ ਆਹੋ, ਤੂੰ ਤਾਂ ਇਹਦੀ ਮੇਰ ਲਵੇਂਗਾ, ਤੂੰ ਸਾਡੀ ਕਿੱਥੋਂ ਯਕੀਨ ਮੰਨਦਾ ਮਾਮਾ ਧੀਆਂ ਦਾ? ਆਹੀ ਛੋਟੀ ਤਾਂ ਰੋਜ਼ ਦੀ ਖਿੱਚ ਖਿੱਚ ਆ ਗਈ, ਜੇ ਖੇਤ ਜਾਂਦੇ ਆ ਉੱਥੇ ਦਿਹਾੜੀ ਹੈ ਕਹਿੰਦੇ ਰੋਟੀ ਲੈ ਗਿਆ, ਘਰੇ ਆਉਣਾ ਤੁਸੀਂ ਕਿਸ ਕਿਸ ਕਰਦੇ ਹੋ, ਤੁਸੀਂ ਨਹੀਂ ਜਿਉਣ ਦਿੰਦੀਆਂ ਮੈਨੂੰ। ਉਹ ਗੱਲ ਤਾਂ ਸੁਣ ਲਓ ਜੀ, ਬਾਪੂ ਪਸ਼ੂ ਦਾ ਟਾਈਮ ਨਾ ਬੰਦਿਆ ਕਰ, ਖੇਤ ਰੋਟੀ ਪਾਣੀ ਟਾਈਮ ਨਾਲ ਬਗ ਜਾਇਆ ਕਰਦੀ। ਪੁੱਤ ਮੈਂ ਆਉਣ ਹੀ ਲੱਗਿਆ ਸੀਗਾ, ਰੋਟੀ ਮੈਂ ਕਹਿ ਕੇ ਗਿਆ ਸੀ ਘਰੇ ਬੰਨਣ ਨੂੰ, ਰੋਟੀ ਤਾਂ ਬੰਨਤੀ ਹੋ ਗਈ, ਅਤੇ ਗੱਲ ਕਰ ਅੱਜ ਦਿਹਾੜੀਆਂ ਦਾ ਮਤਾ ਸੀਗਾ ਨਾ, ਉਹ ਮਤੇ ਵਾਲੇ ਪਾਸੇ ਗਿਆ ਹੋਇਆ ਸੀ ਮੈਂ ਅੱਜ। ਬਾਪੂ ਮੈਂ ਔਖਾ ਹੁੰਦਾ ਫਿਰਦਾਗਾ, ਤੂੰ ਰਹਿਣ ਦੇ ਸਰਪੰਚ ਬਣਨ ਨੂੰ, ਰੋਟੀ ਪਾਣੀ ਖੇਤ ਟਾਈਮ ਨਾਲ ਫੜਾਇਆ ਕਰ। ਪੁੱਤ ਸਹਿਜ ਮਤੇ ਨਾਲ ਕੰਮ ਕਰਿਆ ਕਰੋ, ਗਰਮੀ ਵਾਲੀ ਆ ਅਤੇ ਅੱਜ ਕੱਲ੍ਹ ਅਸੀਂ ਵੀ ਬਹੁਤ ਕੰਮ ਕਰਿਆ ਗਾ, ਅਤੇ ਗੱਲ ਕਰ ਤੁਸੀਂ ਕਰਦੇ ਹੋ ਕਾਹਲੀ, ਕਾਹਲੀ ਨਾਲ ਅੱਜ ਕੱਲ੍ਹ ਕੰਮ ਨਹੀਂ ਹੁੰਦੇ, ਇਹ ਸਹਿਜ ਮਤੇ ਵਾਲੇ ਹੁੰਦੇ ਆ। ਚੱਲ ਠੀਕ ਆ ਬਾਪੂ। ਲੈ ਮਾਂ ਮੈਂ ਤਾਂ ਭੁੱਲ ਗਿਆ ਸੀ, ਰੋਟੀ 'ਤੇ ਹਜੇ ਅੱਧਾ ਘੰਟਾ ਲੱਗੂ, ਮੈਨੂੰ ਲੱਸੀ ਦਾ ਗਲਾਸ ਲਿਆ ਦੇ।
ਬੇ ਪੁੱਤ ਲੱਸੀ ਨਾ ਤਾਂ ਤੂੰ ਦਹੀਂ ਦਾ ਗਲਾਸ ਪੀ ਜਾ ਨਾਲੇ ਇੱਕ ਵਾਰੀ ਦਹੀਂ ਪੀ ਕੇ ਨਾ ਸਾਰਾ ਦਿਨ ਤੈਨੂੰ ਭੁੱਖ ਨਹੀਂ ਲੱਗਣੀ ਮਾਂ ਮੈਨੂੰ ਲਿਆ ਰੋਟੀ ਧੀ ਲਿਆਉਣਾ ਨਹੀਂ ਆ ਵੀਰਪਾਲ ਤੂੰ ਬਾਅਦ 'ਚ ਖਾ ਲਈ ਖੇਤ ਰੋਟੀ ਜ਼ਰੂਰੀ ਹੈਗੀ ਬਾਪੂ ਹਾਂ ਪੁੱਤ ਬਾਪੂ ਮੈਨੂੰ ਨਾ ਦੁਕਾਨ ਤੋਂ ਮੈਗੀ ਲਿਆ ਦੇ ਜਾ ਕੇ ਹੈ ਕਮਲਾ ਟੱਬਰ 20 ਮਿੰਟ ਜਾਣ ਦੇ ਲੱਗਣਗੇ 20 ਮਿੰਟ ਆਉਣ ਦੇ ਲੱਗਣਗੇ 10 ਮਿੰਟਾਂ 'ਚ ਰੋਟੀ ਬਣ ਜੂਗੀ ਬਾਪੂ ਮੈਂ ਕੀ ਕਰਾਂ ਪਤਾ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ ਧੀਏ ਪੰਡ 'ਤੇ ਕਿਹੜਾ ਜ਼ੋਰ ਲੱਗਦਾ ਗਾ ਉਹ ਪ੍ਰੀਤ ਤੜਕੇ ਦੀ ਉੱਠੀ ਹੈ ਸਾਰਿਆਂ ਨਾਲ ਮਗਰੋਂ ਰੋਟੀ ਖਾਂਦੀ ਹੈ ਇਹਨੂੰ ਤਾਂ ਵੱਡੇ ਨਵਾਬ ਨੂੰ ਨਾ ਹਰ ਗੱਲ ਵਿੱਚ ਪ੍ਰੀਤ ਦਿਸ ਜਾਂਦੀ ਹੈ ਨਾਲੇ ਅਸੀਂ ਕਦੋਂ ਕੰਮ ਕਰਦੇ ਹਾਂ ਪ੍ਰੀਤ ਹੀ ਸਾਰਾ ਕੰਮ ਕਰਦੀ ਹੈ ਸਾਡੇ ਕਦੋਂ ਢਿੱਡ ਲੱਗਿਆ ਗਾ ਤੂੰ ਤਾਂ ਸਾਰਾ ਦਿਨ ਉਹ ਵੀ ਬਹੂ ਦੇ ਮਗਰ ਪਈ ਰਹਿੰਦੀ ਹੈ ਸਾਰਾ ਦਿਨ ਉਹ ਕੰਮ ਕਰਦੀ ਹੈ ਵਿਚਾਰੀ ਤੁਸੀਂ ਨਹੀਂ ਖਵਾਉਂਦੀਆਂ ਮੈਨੂੰ ਪਰੌਠੇ ਆਪ ਨੂੰ ਕੁਛ ਕਰਨਾ ਪਊਗਾ ਬੇਬੇ ਮੈਨੂੰ ਲੱਗਦਾ ਨਾ ਤੂੰ ਵੀ ਇਕੱਲੀ ਬੋਲਣ ਵਾਲੀ ਹੀ ਆ ਸਾਰਾ ਦਿਨ ਉਹਨੂੰ ਲੜੀ ਜਾਂਦੀ ਹੈ ਨਾਲੇ ਇਹਨਾਂ ਨੂੰ ਸਿਰੇ ਕਰਦੀ ਹਾਂ ਹੁਣ ਤੇਰੇ ਤੋਂ ਨਹੀਂ ਭਾਬੀ ਸੁਧਰਦੀ ਹੁਣ ਤਾਂ ਜਿਹੜਾ ਕੁਛ ਕਰਨਾ ਨਾ ਮੈਂ ਹੀ ਕਰੂੰਗੀ ਬਸ ਚੱਲ ਠੀਕ ਆ ਧੀ ਜਿਵੇਂ ਤੇਰੇ ਤੋਂ ਲੋਟ ਆਉਂਦੀ ਹੈ ਨਾ ਉਹ ਉਵੇਂ ਕਰ ਲਾ ਉਹਨੂੰ ਆ ਤੇਰਾ ਪਿਓ ਤਾਂ ਉਹਦਾ ਹੀ ਪੱਖ ਕਰਾਉਂਦਾ ਭਾਬੀ ਜੀ ਲੈ ਤੁਸੀਂ ਇਕੱਲੇ ਕਾਹਤੋਂ ਔਖੇ ਹੋਈ ਜਾਂਦੇ ਹੋ ਐਂ ਕਰੋ ਤੁਸੀਂ ਨਾ ਕੋਈ ਹੋਰ ਕੰਮ ਕਰ ਲਓ ਜਾ ਕੇ ਅਤੇ ਆਹ ਕੱਪੜੇ ਮੈਂ ਕੱਢ ਦੂੰਗੀ ਪੱਕਾ ਦੀਦੀ ਹਾਂ ਹਾਂ ਬਿਲਕੁਲ ਲੈ ਹੋਰ ਰੋਜ਼ ਤੂੰ ਕੰਮ ਕਰਦੇ ਫਿਰ ਕੀ ਹੁੰਦਾ ਜੇ ਨਾਲ ਮੈਂ ਵੀ ਕਰ ਲੂੰਗੀ ਅੱਜ ਚਲ ਚੰਗਾ ਮੇਰੇ ਭਾਂਡੇ ਬੰਦ ਹੋਏ ਪਏ ਨੇ ਮੈਂ ਉਹ ਨਵੇੜ ਦਿੰਦੀ ਹਾਂ 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 ਇਹਨਾਂ ਨੂੰ ਮੈਂ ਕੱਢ ਦੂੰਗੀ ਠੀਕ ਹੈ ਥੈਂਕ ਯੂ ਦੀਦੀ ਕੋਈ ਗੱਲ ਨਹੀਂ ਖੜ ਜਾ ਤੈਨੂੰ ਤਾਂ ਮੈਂ ਦੱਸ ਦੂੰਗਾ ਪਤਾ ਵੱਡੀ ਚਲੋ ਤੁਸੀਂ ਐਂ ਕਰੋ ਫਿਰ ਹੁਣ ਤਾਂ ਇਹਦੇ ਵਿੱਚ ਆਪਾਂ ਸਰਫ ਵੀ ਪਾਤਾ ਨਹੀਂ ਤਾਂ ਫਿਰ ਕੱਪੜੇ ਮੁਸ਼ਕ ਜਾਣਗੇ ਤੇ ਤੁਸੀਂ ਹੱਥੀਂ ਧੋ ਲਓ ਅੱਧੀ ਤੁਸੀਂ ਮੈਨੂੰ ਮਨੇ ਕਰਵਾ ਦੋਗੇ ਨਹੀਂ ਨਹੀਂ ਭਾਬੀ ਜੀ ਤੁਹਾਨੂੰ ਵੀ ਪਤਾ ਮੇਰੇ ਨਾ ਐਗਜ਼ਾਮ ਚੱਲਦੇ ਉਹਦੇ ਕਰਕੇ ਮੈਂ ਤਾਂ ਪੇਪਰ ਦੀ ਤਿਆਰੀ ਕਰਦੀ ਹਾਂ ਅਤੇ ਤੁਸੀਂ ਆਪ ਹੀ ਧੋ ਲਓ ਚਲ ਕੋਈ ਨਾ ਦੀਦੀ ਮੈਂ ਧੋ ਲੂੰਗੀ ਹੱਥ ਮੱਚੂਗਾ ਜ਼ਖਮ 'ਚ ਨਾ ਪੂਰੀ ਜਲਨ ਹੋਊਗੀ ਜੇ ਹੁਣ ਸਰਫ ਵਾਲੇ ਹੱਥ ਲਾਉਂਗੀ ਇਹਨਾਂ ਨੂੰ ਕੀ ਕਰਾਂ ਕਰਨੇ ਤਾਂ ਆਪਣੇ ਪੈਣਗੇ ਹੁਣ ਸਾਬਣ ਧੋਣੇ ਪਊਗੇ ਮੰਮੀ ਹਾਂ ਊਂ ਤਾਂ ਪਾਣੀ ਪੀਣਾ ਸੀ ਚੱਲ ਪਹਿਲਾਂ ਮੇਰੀ ਗੱਲ ਹੀ ਸੁਣ ਲਾ ਤੂੰ ਇੱਕ ਆ ਜਿਹੜਾ ਕੰਮ ਤੇ ਇੱਥੋਂ ਹੁਣ ਤੱਕ ਨਹੀਂ ਨਾ ਹੋਇਆ ਉਹ ਮੈਂ ਸ਼ੁਰੂ ਕਰਤਾ ਕਰਤਾ ਹਾਂ ਚੱਲ ਵਧੀਆ ਰਹੀ ਨਾਲੇ ਮੇਰੀ ਗੱਲ ਸੁਣ ਲੈ ਹਾਂ ਮੈਂ ਨਾ ਮਸ਼ੀਨ ਦੀ ਤਾਰ ਕੱਢਤੀ ਕੱਢਤੀ ਹਾਂ ਤੇ ਹੁਣ ਕਿਸੇ ਵੀ ਆਨੇ ਬਹਾਨੇ ਜਾ ਕੇ ਨਾ ਬੱਕਰੇ ਮੰਗੂਟਾ ਲੱਗ ਰਿਹਾ ਮੈਂ ਕਿਹਾ ਕੋਈ ਨਾ ਤੂੰ ਬੇਫਿਕਰ ਜਿੰਨਾ ਟਾਈਮ ਇਹਨੂੰ ਆਏ ਨਹੀਂ ਨਾ ਕਰਦੀ ਉਨਾ ਟਾਈਮ ਲੋਟ ਨਹੀਂ ਆਉਂਦੀ ਉਹੀ ਰੋਜ਼ ਦੇਖ ਲਾ ਬਾਪੂ ਇਹਦਾ ਉਹ ਬਣਿਆ ਰਹਿੰਦਾ ਹਮਿਆਤੀ ਬਾਲੇ ਹਮਿਆਤ ਕਰਦਾ ਉਹਦਾ ਉਹਦੀ ਆਹ ਮੁੰਡਾ ਜਬ ਨਹੀਂ ਆਪਣੇ ਤਾਂ ਮਾੜੀ ਮੋਟੀ ਸੁਣਦਾ ਬਸ ਉਹ ਵੀ ਇਸੇ ਦੀ ਸੁਣਦਾ ਗਾ ਕੋਈ ਗੱਲ ਨਹੀਂ ਹੁਣ ਆਪੇ ਸਭ ਸੁਣਨਗੇ ਚਾਹੇ ਛੇਤੀ ਦੇਣੇ ਵਗ ਜਾ ਕੇ ਨਾ ਜਾਂਦੀ ਹਾਂ ਮੈਂ ਕਰਦੀ ਹਾਂ ਉਹਨੂੰ ਧੁੱਕੇ ਵਰਗੀ ਸਿੱਧੀ ਨਹੀਂ ਆ ਕੀ ਤੈਂ ਮਸ਼ੀਨ ਦੀ ਪੱਟੀ ਮਿਸ ਕਰਤੀ ਮੰਮੀ ਜੀ ਮੈਂ ਕੀ ਕਰਿਆ ਉਹ ਵੀਰਪਾਲੇ ਮੈਨੂੰ ਸਾਰੀ ਗੱਲਬਾਤ ਦੱਸਤੀ ਕਹਿੰਦੀ ਮਸ਼ੀਨ ਦੀ ਤਾਂ ਪੱਟੀ ਮਿਸ ਕਰਤੀ ਚੱਲਦੀ ਨਹੀਂ ਉਹ ਤਾਂ ਖੜ ਗਈ ਨਹੀਂ ਮੰਮੀ ਜੀ ਮੈਂ ਤਾਂ ਚੱਲਦੀ ਛੱਡ ਕੇ ਗਈ ਸੀ ਦੀਦੀ ਕੋਲ ਮੈਨੂੰ ਨਹੀਂ ਪਤਾ ਪਿੱਛੋਂ ਕੀ ਹੋਇਆ ਆਹੋ ਆਹੋ ਜੇ ਤੇਰੇ ਨਾਲ ਮਾੜਾ ਮੋਟਾ ਕੰਮ 'ਚ ਹੱਥ ਬਿਠਾਉਂਦੀ ਹੈ ਤਾਂ ਉਹਦੇ ਸਿਰ ਲਾ ਦਿਆ ਕਰ ਤੂੰ ਮੰਮੀ ਮੈਂ ਥੋੜ੍ਹਾ ਨਾ ਕਿਹਾ ਵੀ ਦੀਦੀ ਨੇ ਖਰਾਬ ਹੋਈ ਹੈ ਮੈਂ ਤਾਂ ਸਿਰਫ ਇਹੀ ਕਿਹਾ ਵੀ ਮੈਂ ਚੰਗੀ ਭਲੇ ਚੱਲਦੀ ਛੱਡ ਕੇ ਗਈ ਸੀ ਬਾਅਦ 'ਚੋਂ ਖਰਾਬ ਹੋਈ ਹੈ ਇਹ ਚੱਲ ਠੀਕ ਹੈ ਹੁਣ ਮਸ਼ੀਨ ਤੈਨੂੰ ਮੈਂ ਵੀ ਨਹੀਂ ਸਮਰਾ ਕੇ ਦਿੰਦੀ ਸਾਰੇ ਕੱਪੜੇ ਹੱਥੀਂ ਧੋਇਆ ਕਰੀ ਮੰਮੀ ਜੀ ਐਂ ਕਿਉਂ ਕਰਦੇ ਮੈਂ ਦੱਸ ਤੁਹਾਨੂੰ ਕੀ ਕਿਹਾ ਨਾਲੇ ਇਸ ਕਿਹੜਾ ਮੇਰੀ ਗਲਤੀ ਆ ਤੁਹਾਨੂੰ ਪਤਾ ਪਹਿਲੇ ਮੇਰੇ ਤਾਂ ਹੱਥ ਇੰਨਾ ਦਰਦ ਹੋ ਰਿਹਾ ਮੈਨੂੰ ਇਹ ਨਹੀਂ ਪਤਾ ਮੈਂ ਆਹ ਕੱਪੜੇ ਵੀ ਕਿਵੇਂ ਧੋਊਂਗੀ ਹਾਂ ਹਾਂ ਇਹ ਚਲਿੱਤਰਾਂ ਨੂੰ ਮੈਂ ਤੇਰੇ ਨੂੰ ਸਾਰੇ ਜਾਣਦੀ ਹਾਂ ਇਹੋ ਜਿਹੇ ਤਾਂ 20 ਵਾਰੀ ਸੱਟ ਵੱਜੀ ਹੈ ਮੇਰੇ ਮੈਂ ਜਿਹੜੇ ਕੱਪੜੇ ਦੇ ਕੱਪੜੇ ਧੋਂਦੀ ਸੀ ਮੈਂ ਚੰਬੜੀ ਅਕੇ ਰਹੀ ਚੱਲ ਕੱਪੜੇ ਤਾਂ ਧੋਤੇ ਗਏ ਹੁਣ ਇਹ ਕਰਾਂ ਦਾਲ ਧਰ ਦੇਣਾ ਜਾਣ ਤੋਂ ਪਹਿਲਾਂ
ਦਾਲ ਤਾਂ ਫਟਾਫਟ ਆ। ਚਲ ਦਾਲ ਤਾਂ ਬਣ ਗਈ, ਹੁਣ 2 ਮਿੰਟ ਆਰਾਮ ਕਰ ਲਾ, ਬਾਅਦ 'ਚ ਰੋਟੀ ਲਾਉਣੀ ਆ। ਹੈ ਸਬਜ਼ੀ ਬਣਾ ਵੀ ਗਈ, ਦੇਖਦੀ ਹਾਂ ਕਿਹੋ ਜਿਹੇ ਲਰਲ ਲਾਏ ਨੇ ਸਨੇ, ਦੇਖਾਂ ਪਹਿਲਾਂ ਦਾਲ ਕਿਹੋ ਜਿਹੀ ਬਣਾ ਕੇ ਗਈ ਹੈ। ਦਾਲ ਤਾਂ ਵਧੀਆ ਬਣਾ ਗਈ ਹੈ, ਚੱਲ ਦੇਖਦੀ ਹਾਂ ਮੈਂ ਬਣਾਉਣੀ ਉਹਨੂੰ ਦਾਲ ਵਧੀਆ। ਦੇਖੀ ਸਹੀ ਜਿਹੇ ਮੁੰਡੇ ਤੋਂ ਨਾ ਕੁੱਥ ਨਹੀਂ ਪਟਾਈ, ਇਹ ਕੀ ਜਾਣੂਗੀ। ਪਾ ਦੇ ਖਾਸਾ ਸਾਰਾ ਜਾ ਚੰਗੀ ਤਰ੍ਹਾਂ, ਗੁੱਤ ਤਾਂ ਪੱਟੋ ਉਸਦੀ ਕੰਜਰ, ਰੋਜ਼ ਉਹਦੀ ਦਾਲ ਸਬਜ਼ੀ ਸਰਾਹੂ, ਬਾਹਲੀ ਸਵਾਦ ਦਾਲ ਬਣੋ ਦਿੱਤਾ। ਮਾਂ ਤੇਰੀ ਦਾਲ ਤਾਂ ਮੈਨੂੰ ਜਮਾਂ ਨਹੀਂ ਪਸੰਦ ਆਉਂਦੀ, ਹੋਰ ਹੁਣ ਤੀਵੀਂ ਦੀ ਬਣੀ ਸਬਜ਼ੀ ਪਸੰਦ ਆਉਂਦੀ ਹੈ ਨਾ। ਆਹ ਲੈ ਤੂੰ ਕੀ ਜਾਣੇਗੀ, ਚਲੋ ਉਹਨੂੰ ਪਤਾ ਵੀ ਨਾ ਲੱਗ ਜੇ ਕਿਤੇ। ਚਲੋ ਹੁਣ ਦੇਖੀ ਸਹੀ ਝੱਟਾਂ ਜਦੋਂ ਪਈਆਂ ਨਾ ਛਿੱਤਰ, ਉਦੋਂ ਨਜ਼ਾਰੇ ਨਾਲ ਦੇਖਾਂਗੇ। ਲਿਆ ਰੋਟੀ ਛੇਤੀ ਦੇਣਾ ਹੈ, ਆ ਜਾ ਹੋਰ ਵੀ ਕੰਮ ਕਰਦੇ ਹੁੰਦੇ ਬਥੇਰੇ। ਕਿੰਨਾ ਲੇਟ ਹੋ ਗਏ, ਦਾਲ ਕਿਹਨੇ ਬਣਾਈ ਆ? ਸਵਾਦ ਸਵਾਦ ਬਣੀ ਹੈਗੀ, ਨੂਨ ਤਾਂ ਦੇਖ ਲੈ ਕਿੰਨਾ ਹੈਗਾ, ਕੁਝ ਜਿਉਣ ਦਿਓ ਮੈਨੂੰ, ਸਾਰਾ ਦਿਨ ਤੜਕੇ ਦਾ ਭੁੱਖਾ ਫਿਰਦਾ ਰਹਿਣਾ ਖੇਤ, ਜੇ ਹੁਣ ਟਾਈਮ ਨਾਲ ਖਾਣ ਲੱਗਿਆ ਨੂਨ ਪਤਾ ਖਾ ਖਾ ਕੇ ਦੇਖ ਨੂੰ। ਜੀ ਮੈਂ ਤਾਂ ਠੀਕ ਹੀ ਬਣਾਈ ਸੀ, ਬਣਾ ਦੋ ਮੈਂ ਟੇਸਟ ਵੀ ਕਰਕੇ ਦੇਖੀ ਆ। ਕੀ ਆ ਜੀ? ਮੈਨੂੰ ਨਹੀਂ ਪਤਾ, ਮੈਂ ਤਾਂ ਆਪਦੇ ਸਾਹਮਣੇ ਠੀਕ ਬਣਾਈ ਸੀ, ਇਹ ਨੂਨ ਕਿਹਨੇ ਪਾਤਾ ਇਹ 'ਚ? ਤੇ ਹੋਰ ਕਿਹਨੇ ਪਤਾ, ਤੂੰ ਹੀ ਪਾਇਆ ਹੋਊਗਾ, ਦਿਮਾਗ ਬਣਾ ਟਿਕਾਣੇ ਰੱਖ ਲਿਆ ਕਰ। ਜੀ ਮੈਂ ਕੀ ਕਰਾਂ, ਮੈਂ ਤਾਂ ਆਪਦੇ ਸਾਹਮਣੇ ਵਧੀਆ ਹੀ ਬਣਾਈ ਸੀ, ਮੈਨੂੰ ਨਹੀਂ ਪਤਾ ਅੱਗੇ 'ਚ ਕਿਹਨੇ ਨਮਕ ਪਾਤਾ। ਮੇਰੀ ਤਾਂ ਜੂਨ ਹੀ ਬੁਰੀ ਹੈ ਇਸ ਘਰ ਦੇ ਵਿੱਚ, ਨਾ ਤੜਕੇ ਰੋਟੀ ਮਿਲਦੀ ਨਾ ਹੱਥ ਨਹੀਂ ਮਿਲਦੀ ਹੈ, ਬੂਕਣ ਲੱਗ ਜਾਂਦੀ ਹੈ ਬਸ, ਇੱਕ ਰੋ ਕੇ ਦਿਖਾਉਣ ਜਾਣਦੀ ਆ, ਕੋਈ ਕੰਮ ਕਰ ਲਿਆ ਕਰੋ, ਚੱਜ ਦਾ ਸਿੱਖ ਜਾ ਕਰ। ਕੀ ਗੱਲ ਆਊਗੀ ਭਾਈ, ਕਿਉਂ ਕੁੜੀ ਨੂੰ ਤੰਗ ਕਰਿਆ ਵੀ? ਤੰਗ ਤਾਂ ਮੈਨੂੰ ਕਰਦੀਆਂ ਨੇ ਇਹ, ਸਵੇਰ ਦਾ ਗਿਆ ਰੋਟੀ ਨਹੀਂ ਖਾਧੀ, ਜੇ ਹੁਣ ਟਾਈਮ ਨਾਲ ਖਾਧੀ ਆ, ਜੜ ਵਰਤੀ ਦਾਲ ਦੀ, ਇਕੱਲਾ ਨੂਣ ਪਾਇਆ ਪੈ ਗਿਆ, ਕਿਵੇਂ ਲੰਘੂ ਇਹ? ਨੂਣ ਦਾ ਕੀ ਹੈ, ਕਿਤੇ ਦੁਬਾਰੇ ਪੈ ਗਿਆ ਉਹ ਭੁਲੇਖ ਨਾਲ, ਇਹਦੇ 'ਚ ਲੜਨ ਵਾਲੀ ਕੀ ਗੱਲ ਹੈ ਵੀ? ਨਾ ਕੀ ਹੋ ਗਿਆ ਸਾਨੂੰ ਦੋਨਾਂ ਜਾਣਿਆਂ ਨੂੰ, ਫਿਰ ਕੀ ਗੱਲ ਹੋ ਗਈ ਪੁੱਤ? ਹੋਣਾ ਕੀ ਆ, ਸਵਾਹ ਹੋਈ ਆ, ਦਾਲ ਦੇ ਵਿੱਚ ਲੱਖਾਂ ਵਾਂ ਨੂਣ ਪਾਤਾ, ਜੇ ਹਾਂ ਦੁਖੀ ਕਰਨਾ ਸਪਰੇਅ ਦੇ ਕੇ ਮਾਰ ਦਿਓ ਮੈਨੂੰ। ਜਿੰਨਾ ਐ ਤਾਂ ਨਾ ਕਹੋ ਤੁਸੀਂ, ਰਹਿਣ ਦੇ ਜਾਣਦਾ ਮੈਂ ਤੇਰੇ ਚਰਿੱਤਰਾਂ ਨੂੰ, ਹੁਣ ਤੈਨੂੰ ਪਰਾਂ ਫੂਕ ਦੇ, ਕਿਉਂ ਸਾਹਮਣੇ ਧਰੀ ਹੈਗੀ, ਜਾਂ ਵਗ ਜਾ। ਤੁਹਾਡਾ ਨਹੀਂ ਕੰਮ ਨਿਬੜਦਾ, ਜਦੋਂ ਘਰੇ ਆਉਂਦੇ ਹਾਂ ਕਲੇਸ਼ ਦਾ ਕਲੇਸ਼ ਪਿਆ ਰਹਿੰਦਾ ਗਾ, ਮੈਂ ਤਾਂ ਤੁਹਾਡੇ ਨਾਲ ਕੋਈ ਗੱਲ ਕਰਨ ਆਇਆ ਸੀਗਾ, ਵੀ ਚੱਲ ਕੰਮ ਦੀ ਗੱਲ ਕਰਕੇ ਆਉਣੇ ਹੈਗੇ। ਲੈ ਬਹਿ ਜਾ, ਲੈ ਦੱਸ ਕੀ ਕੰਮ ਦੀ ਗੱਲ ਦੱਸੇਗਾ ਤੂੰ ਸਾਨੂੰ? ਕੰਮ ਦੀ ਗੱਲ ਗੱਲ ਕੀ ਸੀ, ਕੁੜੀ ਦੇ ਰਿਸ਼ਤੇ ਦੀ ਗੱਲ ਕਰਦਾ ਸੀਗਾ, ਕੁੜੀ ਦੇ ਰਿਸ਼ਤੇ ਨੂੰ ਕਹਿੰਦਾ ਆਪਣੇ ਨੂੰ ਕੋਈ। ਅੱਛਾ, ਕਿਹੋ ਜਿਹਾ ਰਿਸ਼ਤਾ ਹੈ? ਰਿਸ਼ਤਾ ਬਹੁਤ ਵਧੀਆ ਹੈਗਾ। ਵਧੀਆ ਹੋਵੇ ਕਿਤੇ ਅਗਲਾ ਉਹਨਾਂ ਠੱਗੀ ਕਰਾ ਦੇ ਆਪਣੇ ਨਾਲ। ਨਹੀਂ ਬਹੁਤ ਵਧੀਆ, ਚੰਗੇ ਬੰਦੇ ਕਰਾਉਂਦੇ ਆ। ਅੱਛਾ ਅੱਛਾ, ਹਾਂ ਫਿਰ ਤਾਂ ਪੁੱਤ ਠੀਕ ਆ ਹਨਾ, ਕਰ ਲਓ ਜਿਵੇਂ ਮਰਜ਼ੀ ਕਰ ਲਓ, ਮੈਥੋਂ ਕੀ ਪੁੱਛਣਾ ਹੈਗਾ, ਅੱਗੇ ਕਿਹੜਾ ਮੈਥੋਂ ਪੁੱਛੀ ਕਰਦੇ ਰਹੇਗੇ। ਵੇ ਪੁੱਤ, ਤੇਰੀ ਰਾਏ ਵੀ ਤਾਂ ਜ਼ਰੂਰੀ ਹੈ ਨਾਲ, ਤੂੰ ਕਿਹੜਾ ਘਰ 'ਚੋਂ ਨਹੀਂ ਹੈਗਾ, ਰਿਸ਼ਤੇ ਕਿਹੜਾ ਕਰਨੇ ਹੁਣ, ਸੌਖੇ ਪਏ ਨੇ, ਜੇ ਕੋਈ ਚੰਗਾ ਰਿਸ਼ਤਾ ਮਿਲਦਾ ਵਧੀਆ ਗੱਲ ਆ, ਕੁੜੀ ਨੂੰ ਪਹਿਲਾਂ ਟਿੱਬੀ ਟਪਾ ਦਾਂਗੇ, ਨਾਲੇ ਇਹ ਕਲੇਸ਼ਾਂ ਰੋਜ਼ ਕਲੇਸ਼ ਕਰਦੇ। ਬਾਪੂ ਕਿਹੜਾ ਨਿਆਣਾ ਹੈਗਾ, ਨਿਆਣਾ ਇਹ ਕਰ ਲੈ ਵਧੀਆ, ਬਾਪੂ ਕਰ ਲੈ ਵਧੀਆ ਸਮਾਂ ਦੀ। ਕੀ ਪੁੱਛਿਆ ਮੁੰਡਾ ਕੀ ਕਰਦਾ, ਕੋਈ ਜੌਬ ਕਰਦਾ ਮੁੰਡਾ, ਜ਼ਮੀਨ ਕਿੰਨੀ ਆ? ਸਾਰਾ ਕੁਝ ਪੁੱਛਿਆ ਵਾ, ਪਰ ਗੱਲ ਕਰਦਾ ਇਵੇਂ ਜਿਹਾ ਕਲੇਸ਼ ਪਾ ਕੇ ਰੱਖਿਆ ਕਰ। ਮੈਂ ਕਲੇਸ਼ ਕਾਹਦਾ ਕਰਨਾ, ਜੇ ਤੈਨੂੰ ਰਿਸ਼ਤਾ ਚੰਗਾ ਲੱਗਦਾ ਕਰ ਦੇ, ਬਸ ਠੀਕ ਹੈ ਫਿਰ, ਮੇਰੀ ਵੀ ਜਾਨ ਸੌਖੀ ਹੋ ਜੂਗੀ, ਬਸ ਉਹਨਾਂ ਨਾਲ ਮੈਂ ਗੱਲ ਕਰ ਲੈਣਾ ਫਿਰ। ਕਰ ਲੈ ਗੱਲ, ਠੀਕ ਹੈ। ਪਰ ਇੱਕ ਗੱਲ ਉਹਨਾਂ ਨੂੰ ਕਹਿ ਲਈ, ਕੈਸੇ ਬਾਹਰ ਟਾਈਮ ਨਹੀਂ ਪਾਉਂਦੇ, ਅਸੀਂ ਤਾਂ ਚੁੰਨੀ ਚੜਾ ਉਹਦੀ ਕਰ ਦਾਂਗੇ। ਇਹ ਸਾਰੀ ਗੱਲ ਮੇਰੀ ਕਰੀ ਵੀ ਹੈ। ਚੱਲ ਫਿਰ ਤਾਂ ਤੂੰ ਆਪ ਹੀ ਸਿਆਣਾ ਹੈ, ਬਹੁਤ ਚੰਗੀ ਗੱਲ ਆ, ਚੰਗਾ ਚਲ ਠੀਕ ਆ, ਫਿਰ ਮੈਂ ਚੱਲਦਾਗਾ, ਕੱਲ੍ਹ ਨੂੰ ਆਉਂਗੇ ਉਹ ਕੁੜੀ ਨੂੰ ਦੇਖਣ ਫਿਰ। ਚੱਲ ਚੰਗਾ, ਠੀਕ ਹੈ, ਲੈ ਪੁੱਤ ਮੈਂ ਵੀ ਚਾਹ ਪਾਣੀ ਦੀ ਕੁੱਟ ਬਣਾ ਲਾਂ। ਹੋਰ ਤੂੰ ਪਹਿਲਾਂ ਟੋਕਿਆ ਕਰ, ਕਿੱਥੇ ਚੱਲੇ? ਮੈਂ ਤਾਂ ਕੁੜੀ ਦਾ ਪਤਾ ਸੁੱਤਾ ਲੈ ਕੇ ਆਉਂਦੀ ਹਾਂ, ਮੈਨੂੰ ਤਾਂ ਬੁਰੇ ਭਲੇ ਜਿਹੇ ਸੁਪਨੇ ਆਈ ਜਾਂਦੇ ਆ। ਨਾਲੇ ਇੱਕ ਗੱਲ ਸੁਣ ਲਾ, ਆਹ ਸਾਰਾ ਕੰਮ ਧੰਦਾ ਸਮਾਰਦੀ ਘਰ ਦਾ, ਕਿਤੇ ਮੇਰੇ ਉਹਦੇ ਨੂੰ ਜਲੂਸ ਨਾ ਕੱਢਦੀ, ਸਮਾਰ ਕੇ ਕੰਮ ਵਧੀਆ ਕਰ ਲਈ।
ਸ਼ੁਕਰਾ ਮਾਂ ਜਿਹੜਾ ਤੂੰ ਬਾਗੀ ਇਹਨਾਂ ਤਾਂ ਕਾਮਲੀ ਨੇ ਆਪਾਂ ਨੂੰ ਫੋਨ ਕਰਕੇ ਵੀ ਨਹੀਂ ਦੱਸਿਆ ਵੀ ਕੀ ਕੁਛ ਕਰਦੇ ਨੇ। ਹਜੇ ਮੈਂ ਤਾਂ ਤੈਨੂੰ ਰੋਕਦਾ ਸੀ ਵੀ ਦੋ ਚਾਰ ਦਿਨ ਠਹਿਰ ਕੇ ਵਗ ਜੀ ਜੀਰੀ ਜੂਰੀ ਝੋਨਾ ਤੈਨੂੰ ਲਾ ਲਾਂਗੇ, ਨਹੀਂ ਕੀ ਪਤਾ ਕੀ ਕੁਛ ਹੁੰਦਾ। ਤਾਂ ਹਾਲ ਕਰ ਛੱਡਿਆ ਤਾਂ ਦੇਖ ਲੈ ਕੀ ਕੱਢ। ਤਾਂ ਹੀ ਤਾਂ ਪੁੱਤ ਮੈਨੂੰ ਆਇਆ ਸੀ, ਮੈਨੂੰ ਵੀ ਤਾਂ ਸੁਪਨੇ ਬੁਰੇ ਬੁਰੇ ਜਾਂਦੇ ਸੀ। ਮੈਨੂੰ ਤਾਂ ਨੱਚ ਵੀ ਲੱਗ ਗਈ ਵੀ ਕੇਰਾ ਮੈਂ ਕੁੜੀ ਨੂੰ ਜਾ ਕੇ ਤਾਂ ਦੇਖਾਂ ਕੀ ਗੱਲ ਹੈ ਕੀ ਬਾਤ ਹੈ। ਮੇਰੇ ਤਾਂ ਸੁਰਤ ਕੁੜੀ ਕੰਨੀ ਰਹਿੰਦੀ ਸੀ, ਆ ਤੇਰੇ ਪਿਓ ਦੇ ਕੰਡੇ ਬੀਜੇ ਹੋਏ ਨੇ ਜਿਹੜਾ ਲੋਕਾਂ ਦੇ ਹੱਥ ਤੇ ਚੜ ਗਿਆ। ਇੱਕ ਗੱਲ ਕਹਾਂ ਮਾਂ, ਬਾਪੂ ਨੇ ਤਾਂ ਬਾਅਦ 'ਚ ਹੀ ਬੋਲੀ, ਬਾਪੂ ਨੇ ਸਿਰਫ ਇੱਕ ਰਿਸ਼ਤੇ 10 ਪਾਈ ਸੀ, ਤੂੰ ਹੀ ਕਾਹਲੀ ਮਚਾਈ ਸੀ, ਨਾ ਨਾ ਚੁਣੀ ਚੜਾ ਕਰਕੇ ਤੋਰ ਦੋ, ਫਿਰ ਇਹਦੇ ਰਿਸ਼ਤਾ ਮਿਲੂਗਾ ਨਾ ਮਿਲੂਗਾ, ਤੈਨੂੰ ਹੀ ਕਾਹਲੀ ਜ਼ਿਆਦਾ ਪਈ ਸੀ। ਆਪਣੇ ਕੁੜੀ ਨੂੰ ਫੁੱਲਾਂ ਵਾਂਗ ਰੱਖਿਆ, ਮਾੜਾ ਮੋਟਾ ਪਹਿਲਾਂ ਦੇਖ ਪਰਖ ਤਾਂ ਲੈਂਦੀ ਉਹਨਾਂ ਨੂੰ। ਫਿਰ ਦੇਖਣਾ ਪਰਖਣ ਤਾਂ ਬੰਦਿਆਂ ਦਾ ਕੰਮ ਹੁੰਦਾ, ਮੈਂ ਦੇਖਣ ਜਾਂਦੀ? ਮੈਂ ਤਾਂ ਆਖਿਆ ਸੀ ਵੀ ਭਾਈ ਇਹ ਮਾੜਾ ਮੋਟਾ ਪੁੱਛ ਦੱਸ ਕਰ ਲਓ ਪਹਿਲਾਂ। ਮਾਂ ਹੁਣ ਤਾਂ ਚੁੱਪ ਕਰ ਜਾ, ਹੁਣ ਤਾਂ ਹਿੰਡਰੂ ਪਿੱਛਾ ਦੇ ਦੇ, ਮੈਨੂੰ ਗੱਲ ਕਹਿਣੀ ਨਹੀਂ ਪੈਂਦੀ ਸੀ, ਜੇ ਕਹਾਂ ਤਾਂ ਭੈਣ ਸੀ ਮੇਰੀ ਇਹ, ਜੇ ਬਰਕਰਾਰ ਕਰਦੀ ਸੀ ਨਾ ਤੂੰ ਇਹ ਪ੍ਰੀਤ ਨਾਲ ਤਾਂ ਹੋਈ ਇਹ ਨਾਲ, ਤੁਸੀਂ ਦੋਨੇ ਮਾਵਾਂ ਧੀਆਂ ਨੇ ਤੰਗ ਕਰ ਮਾੜੀ ਸੀ, ਮੈਂ ਬੋਲਦਾ ਨਹੀਂ ਸੀ, ਇਹਦਾ ਮਤਲਬ ਇਹ ਤਾਂ ਨਹੀਂ ਵੀ ਕੁਛ ਕਹਿ ਨਹੀਂ ਜਾਣਦਾ, ਤਾਂ ਅੱਜ ਉਹੀ ਕੁਛ ਹੋਇਆ ਜਿਹੜਾ ਤੁਸੀਂ ਇਹਦੇ ਨਾਲ ਕਰਦੇ ਸੀ। ਉਹ ਬਸ ਕਰੋ ਜੀ, ਆਹ ਟਾਈਮ ਥੋੜ੍ਹਾ ਨਾ ਇਹ ਗੱਲਾਂ ਕਰਨ ਦਾ। ਰਹਿਣ ਦੇ ਪ੍ਰੀਤ, ਹੁਣ ਤੂੰ ਵੀ ਨਾ ਪੱਖ ਲੈ ਮਾਂ ਦਾ, ਮੈਂ ਬਹੁਤ ਟਾਈਮ ਦਾ ਦੇਖੀ ਜਾਂਦਾ ਗਾ, ਜਲੂਸ ਕੱਢਦਾ ਸੀ ਕਰਦਾ, ਤੁਸੀਂ ਕੀ ਕੁਛ ਉਸ ਨੂੰ ਪਤਾ ਹੈਗਾ, ਲੋਕ ਗੱਲਾਂ ਕਰਦੇ ਸੀਗੇ ਵੀ ਕੁੜੀ ਤੇ ਮਾਂ ਨੇ ਨੂੰਹ ਮਾਰਨ ਵਾਲੀ ਕਰਤੀ। ਚੱਲ ਕੋਈ ਨਾ ਪੁੱਤ, ਧੀਏ ਮੈਨੂੰ ਮਾਫ਼ ਕਰ ਦੇ, ਮੈਨੂੰ ਨਹੀਂ ਸੀ ਪਤਾ ਵੀ ਜਿਹੋ ਜਿਹੀ ਨਾ ਬਗਾਨੀ ਧੀ ਨਾਲ ਵਿਤਕਰਾ ਕਰੇ ਆਪਣੀਆਂ ਧੀਆਂ ਨਾਲ ਵੀ ਗਾਹਾਂ ਬਣ ਜਾਂਦੀਆਂ ਨੇ, ਮੈਨੂੰ ਨਹੀਂ ਸੀ ਧੀਏ ਪਤਾ, ਮੈਨੂੰ ਮਾਫ਼ ਕਰ ਦਿਓ ਪੁੱਤ। ਮੈਂ ਤੈਨੂੰ ਬਥੇਰਾ ਸਮਝਾਇਆ ਸੀਗਾ ਵੀ ਬਗਾਨੀ ਧੀ ਨੂੰ ਭਾਈ ਤੰਗ ਨਾ ਕਰਿਆ ਕਰ, ਤੂੰ ਗੱਲ ਸਮਝੀ ਨਹੀਂ ਮੇਰੀ। ਬਾਪੂ ਹੁਣ ਛੱਡੋ ਗੱਲਾਂ ਨੂੰ ਸਾਰਿਆਂ, ਮੈਂ ਹੁਣ ਤੈਨੂੰ ਵੀ ਤਾਕ ਲਾ ਗਈ ਨਾ ਵੀ ਕੀ ਕੁਛ ਹੁੰਦਾ ਗਾ, ਚੁੱਪ ਕਰਕੇ ਬਾਪੂ ਮੇਰੀ ਸੁਣ ਲਓ ਗੱਲ, ਆਪਣੀ ਕੁੜੀ ਉੱਥੇ ਤੋੜ ਦੇ, ਸਿੱਧੀ ਜੀ ਗੱਲ ਹੈ, ਪੰਚਾਇਤ ਕਰੋ ਸਮਾਨ ਚੱਕ ਕੇ ਲੈ ਕੇ ਆਓ, ਆਪਾਂ ਤੂੰ ਨਹੀਂ ਕੁਛ ਦੇਖਿਆ ਜਾਣਾ। ਇਹ ਤਾਂ ਗੱਲ ਠੀਕ ਹੈ ਪੁੱਤ ਤੇਰੀ, ਕਹਿੰਦੇ ਹੁੰਦੇ ਨੇ ਜੈਸੀ ਕਰਨੀ ਵੈਸੀ ਭਰਨੀ, ਸੱਚ ਹੀ ਕਿਹਾ ਕਿਸੇ ਨੇ ਪੁੱਤ। ਉਹ ਸੋਚ ਸਮਝ ਕੇ ਕਰੀਦੀਆਂ ਹੁੰਦੀਆਂ ਨੇ ਕਿਸੇ ਨਾਲ ਵੀ, ਉਹੀ ਆਪਦੇ 'ਤੇ ਹੁੰਦੀਆਂ ਨੇ। ਚੱਲ ਛੱਡੋ ਪਰਾਂ, ਹੁਣ ਦੀਦੀ ਬਾਰੇ ਸੋਚੋ, ਜੋ ਗੱਲਾਂ ਉਹ ਬੀਤੀਆਂ ਸੋ ਬੀਤ ਗਈਆਂ, ਮਿੱਟੀ ਪਾਓ ਉੱਤੇ। ਚੱਲ ਮੈਂ ਤੇ ਬਾਪੂ ਸਰਪੰਚ ਕੋਲ ਜਾ ਕੇ ਆਉਣੇ ਹੈਗੇ, ਤੇ ਨਾਲ ਡਾਕਟਰ ਨੂੰ ਲੈ ਕੇ ਆਉਣਾ ਹੈ, ਲਿਆ ਬਾਪੂ। ਠੀਕ ਹੈ, ਚੰਗਾ ਧੀਏ ਮੈਨੂੰ ਮਾਫ਼ ਕਰ ਦੇ, ਇੱਕ ਧੀ ਮੇਰੀ ਇਹ ਹੈ, ਇੱਕ ਧੀ ਤੂੰ ਹੈ ਮੇਰੇ, ਮੈਂ ਤਾਂ ਬਹੁਤ ਆਪਣੇ ਆਪ ਨੂੰ ਸ਼ਰਮਿੰਦਾ ਧੀਏ, ਮੈਂ ਤੇਰੇ ਨਾਲ ਬਹੁਤ ਬੁਰਾ ਭਲਾ ਕਰਦੀ ਰਹੀ। ਬਸ ਕਰ ਮਾਂ, ਜਦ ਤੂੰ ਮੈਨੂੰ ਦਿਲ ਤੋਂ ਆਪਦੀ ਧੀ ਮੰਨਿਆ ਨਾ, ਤਾਂ ਮੈਂ ਵੀ ਤੈਨੂੰ ਮਾਂ ਤੋਂ ਵੱਧ ਕੇ ਕਰੂੰ। ਬਸ ਠੀਕ ਹੈ, ਬਹੁਤ ਹੋ ਗਿਆ ਮਾਂ, ਚੁੱਪ ਕਰ ਜਾ, ਹੁਣ ਰੋਣਾ ਬਸ, ਹੁਣ ਦੀਦੀ ਬਾਰੇ ਸੋਚ, ਇਹਨੂੰ ਦੇਖ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ, ਲਾਈਕ ਕਰੋ, ਕਮੈਂਟ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ, ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਔਨ ਕਰ ਦਿਓ। ਬਸ ਐਵੇਂ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਅਤੇ ਅਸੀਂ ਤੁਹਾਡੇ ਕੋਲ ਨਵੀਂ ਤੋਂ ਨਵੀਂ ਵਧੀਆ ਤੋਂ ਵਧੀਆ ਕੋਨਸੈਪਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਧੰਨਵਾਦ।